आ कट्टी दा प्यार देख के तुसी आपदे मालक दे नाल हैरान रह जाओगे बिलियो। ये हुंदा मालक दे नाल प्यार, बाई दी मुहब्बत आ इस कट्टी दे नाल। बाई कहिंदा ज्यों जम्मिया सी कदे इहदे रस्सा नहीं पाया। हले बाई कहिंदा वी बच्चा वी कदे आपदे माँ बाप नूं भुल जांदा, पर यह करम वाली कहिंदा वी अज तक नहीं आपां नूं कदे भुली। तो जद जिथे भी जाना हुंदा बाई कहिंदा वी मेरे नाल ही जांदी है, जे पिंड च वी जाना तां मगर ही जांदी आ। एक दिन भी बाई कहिंदा आपां रस्सा नहीं पाया, तो पहला इस कट्टी ने तनौले मेले ते लोकां दा दिल जित्या। तो अज आपां बाई दी स्पैशल घरे जाके इंटरव्यू करके आए हाँ, तो रूह खुश हो जाती है कट्टी नूं देख के। ये हुंदी आ मुहब्बत। बाई कहिंदा जे आपां जानवरां नाल प्यार करांगे ना तां उदों दुगणा प्यार आपां नूं मोड़दे आ। तो बाकी आ जो आप करते हैं गलबात सारी बाई नाल, तो वीडियो शेयर जरूर कर दिओ। पिंड सेखे दे विच पहुंचिया, जिला मोगा, बाई लखे कोले आए हाँ। तो बाई लखे की झोटी ने जिहड़ी पिछले दिन तनौले मेले से हरेक अपने भरा का दिल जितया, तो अज आप उस कट्टी के सूँ दर्शन भी कराने, बाई नाल गलबात भी कराने भी किस तरह यह कट्टी बाई ने जिहड़ी गिझाई है ना, जिधर भी जाता बाई तो बाई दे मगर ही जाती है। बाई लखे बहुत बहुत स्वागत है पहला तो बाई। धन्यवाद बाई थोड़ा भी इतने पहुंचने। सब तो पहला तो बाई अपने भरावान का ही सवाल थी कि कट्टी नूं गिझाया किवें बाई, जिहड़ा इन्ना प्यार दे रही है ना कट्टी सानूं। पहला तो बाई सारयां नूं प्यार भाई सत श्री अकाल। उदू बाद बई जी कट्टी तो बई बस रवाब रब का ही सुभाव जी, बई ज्यादा मेहनत नहीं की है मैं बुझाने की। आप ही बेचारी ये 15-20 दिन की मगर लग गई, बस मगर ही रही बई, तुम देख ही ली बई कुदरती प्यार है मेरे नाल। ठीक है, होर किसी ज्यादा नहीं मगर लगती, मेरे घर के मैंबर दे भी नहीं लगती इन्ना। ठीक है, मेरे मगर लगती है। ठीक है, किन्ने टाइम की होगी बई कट्टी? ਇਹ ਬਾਈ ਜੀ 11 ਮਹੀਨੇ ਤੋਂ ਉੱਤੇ ਹੋ ਗਈ ਥੋੜੇ ਦਿਨ ਹੁਣ। 11 ਮਹੀਨੇ ਤੋਂ? ਹਾਂਜੀ 2 ਨਵੰਬਰ ਦਾ ਨਹੀਂ 2 ਜਨਵਰੀ ਦਾ ਬਾਈ ਜੀ ਬਰਥ ਹੈ ਇਹਦਾ ਜੀ। ਹਾਂਜੀ ਹੁਣ ਵੇਖ ਲਓ ਤੁਸੀਂ 2 ਜਨਵਰੀ ਨੂੰ ਨੇ ਸਾਲ ਦੀ ਹੋਣਾ ਜੀ। ਕਿਹੜੇ ਸੀਮਨ ਦੀ ਹੈ ਬਾਈ ਲੱਖੇ ਇਹ? ਇਹ ਬਾਈ ਨਵਾਬ ਦੀ ਹੈ ਜੀ, ਸਰਸਵਤੀ ਵਾਲੇ ਬਾਈ ਜੀ ਨਵਾਬ ਦੀ ਹੈ ਜੀ। ਹੁਣ ਫਿਰ ਬਾਈ ਜੇ ਆਪਾਂ ਦੇਖੀਏ ਵੀ ਘਰੇ ਵੀ ਖੁੱਲੀ ਰਹਿੰਦੀ ਹੈ ਫਿਰ? ਹਾਂ ਘਰੇ ਬਾਈ ਖੁੱਲੀ ਰਹਿੰਦੀ ਹੈ, ਬਸ ਕਦੇ ਮਾੜਾ ਮੋਟਾ ਬੰਨ ਦਿੰਦੇ ਆ, ਜਿਵੇਂ ਮੰਨ ਲਓ ਮਾੜਾ ਮੋਟਾ ਰੱਸਾ ਪਾਉਣੇ ਰਾਤ ਨੂੰ ਪਾਉਣੇ ਆ। ਠੀਕ ਹੈ ਬਾਈ। ਤੇ ਜਿਵੇਂ ਬਾਈ ਤੁਸੀਂ ਮੇਲੇ ਤੇ ਲੈ ਕੇ ਗਏ ਸੀ ਧਨੌਲੇ ਹਨਾ, ਬੜਾ ਲੋਕਾਂ ਦਾ ਜਿਹੜਾ ਖਿੱਚ ਸੀਗੀ ਇਸ ਕੱਟੀ ਨੂੰ ਦੇਖਣ ਦੇ ਲਈ ਹਨਾ, ਕਿਸ ਤਰ੍ਹਾਂ ਪਿਆਰ ਮਿਲਿਆ ਮੇਲੇ ਤੋਂ ਫਿਰ? ਬਾਈ ਜੀ ਬਹੁਤ ਜ਼ਿਆਦਾ ਪਿਆਰ ਮਿਲਿਆ, ਸਾਰੇ ਭਰਾਵਾਂ ਨੇ ਬਹੁਤ ਪਸੰਦ ਕੀਤਾ ਆਪਣੀ ਕੱਟੀ ਨੂੰ। ਬਾਈ ਇੰਨੀ ਤਿਆਰ ਕੀਤੀ ਹੈ ਕੱਟੀ, ਉਹ ਵੀ ਵਧੀਆ ਤਿਆਰ ਹੋਈ ਆ ਸਿਹਤ ਪੱਖੋਂ ਵੀ, ਤੇ ਇੱਕ ਇਹਦਾ ਪਿਆਰ ਜਿਹੜਾ ਵੱਖਰਾ ਹੀ ਆ ਬਾਈ, ਇੱਕ ਮਿੰਟ ਵੀ ਸਾਥ ਨਹੀਂ ਛੱਡਦੀ ਮੇਰਾ ਇਹ, ਤੇ ਵੀ ਬੰਦਾ ਦਾ ਸਾਥ ਛੱਡ ਜਾਂਦਾ ਇੱਕ ਦੂਜੇ ਦਾ, ਤੇ ਪਰ ਇਹਨੇ ਸਾਥ ਨਹੀਂ ਛੱਡਦੀ ਇਹ ਮੇਰਾ ਵਿਚਾਰੀ ਜੀ, ਤੇ ਬਹੁਤ ਪਿਆਰ ਦਿੱਤਾ ਬਾਈ ਸਾਰੇ ਯਾਰਾਂ ਦੋਸਤਾਂ ਨੇ, ਜਿੰਨੇ ਵੀ ਮੇਲੇ ਦੇ ਦਰਸ਼ਕ ਸੀਗੇ ਸਾਰਿਆਂ ਨੇ ਬਹੁਤ ਪਸੰਦ ਕੀਤਾ। ਜਿਵੇਂ ਬਾਈ ਤੁਸੀਂ ਆਫ ਕੈਮਰਾ ਵੀ ਦੱਸ ਰਹੇ ਸੀਗੇ ਕਿ ਜਦੋਂ ਸਵੇਰ ਟਾਈਮ ਹੁੰਦਾ ਨਾ ਰੋਟੀ ਮਾਤਾ ਅਰਗੇ ਪਕਾਉਂਦੇ, ਫਿਰ ਰਸੋਈ ਕੋਲੇ ਆ ਜਾਂਦੀ ਆ ਬਾਈ? ਹਾਂ ਹਾਂ ਬਾਈ ਜੀ ਆਪ ਹੀ ਆ ਜਾਂਦੀ ਹੈ ਬਾਈ। ਠੀਕ ਹੈ, ਦੁਪਹਿਰੇ ਵੀ ਆ ਜਾਂਦੀ ਬਾਈ ਤੇ ਮਾਰਨਿੰਗ ਵੀ ਤੇ ਇਵਨਿੰਗ ਵੀ, ਤਿੰਨ ਟਾਈਮ ਹੀ ਵੀਰੇ ਨੇ ਆ ਜਾਣਾ। ਠੀਕ ਹੈ, ਰਸੋਈ ਕੋਲੇ ਆ ਜਾਣਾ ਜਾਂ ਮੈਨੂੰ ਕੁਝ ਦਿਓ ਖਾਣ ਨੂੰ, ਰੋਟੀ ਰਾਟੀ ਖਾ ਕੇ ਫੇਰ ਚਲੀ ਜਾਂਦੀ ਹੈ। ਕੰਪੀਟੀਸ਼ਨ ਦੇ ਵਿੱਚ ਬਾਈ ਕਿਸ ਤਰ੍ਹਾਂ ਦੀ ਪੋਜੀਸ਼ਨ ਰਹੀ ਫਿਰ? ਕੰਪੀਟੀਸ਼ਨ 'ਚ ਬਾਈ ਜੀ ਚੌਥਾ ਨੰਬਰ ਹਾਸਲ ਕੀਤਾ ਹੈ। ਚੌਥਾ ਨੰਬਰ? ਹਾਂਜੀ ਹਾਂਜੀ, ਕਿਉਂਕਿ ਕੱਟੀਆਂ ਬਾਈ ਜੀ ਬਹੁਤ ਵੱਡੀਆਂ ਸੀ ਇਹਦੇ ਨਾਲੋਂ ਜੀ, ਕੰਪੀਟੀਸ਼ਨ ਵੈਸੇ ਵੀ ਟਫ ਸੀਗਾ ਜੀ, 200 ਕੱਟੀ ਸੀ ਬਾਈ ਜੀ ਮੁਕਾਬਲੇ ਦੇ ਵਿੱਚ, ਸਾਰੀਆਂ ਹੀ ਵਧੀਆ ਹੀ ਹੁੰਦੀਆਂ, ਜਿਹੜਾ ਬੰਦਾ ਵੀ ਮਿਹਨਤ ਕਰਕੇ ਮੈਂ ਤਾਂ ਕਹਿੰਦਾ ਮੇਲੇ ਦੇ ਵਿੱਚ ਆਉਂਦਾ ਉਹ ਸਾਰੀਆਂ ਜਿੱਤੀਆਂ ਹੀ ਹੁੰਦੀਆਂ ਕੱਟੀਆਂ, ਕਿਉਂਕਿ ਘਰੇ ਬੈਠੇ ਤਾਂ ਕੋਈ ਜਿੱਤ ਨਹੀਂ ਸਕਦਾ ਜੀ, ਬਈ ਸਾਰੀਆਂ ਚੰਗੀਆਂ ਸੀ। 200 ਕੱਟੀ ਦੇ ਵਿੱਚ ਉਹ ਚੌਥਾ ਨੰਬਰ ਇਹਨੇ ਹਾਸਲ ਕੀਤਾ, ਉਹਦੇ ਵਿੱਚ ਵੀ ਬਾਈ ਜਿਹੜੀਆਂ ਦੂਜੀਆਂ ਕੱਟੀਆਂ ਸੀ ਬਹੁਤ ਜ਼ਿਆਦਾ ਵੱਡੀਆਂ ਸੀ ਇਹਦੇ ਨਾਲੋਂ, ਜਿਵੇਂ ਮੰਨ ਲਓ ਸਾਲ ਵਾਲੀਆਂ ਕੱਟੀਆਂ ਦਾ ਕੰਪੀਟੀਸ਼ਨ ਸੀਗਾ ਜੀ, ਤੇ ਲੋਕੀ ਬਾਈ ਜੀ 13-14 ਮਹੀਨੇ ਦੀਆਂ 15 ਮਹੀਨੇ ਦੀਆਂ ਕੱਟੀਆਂ ਵਿੱਚ ਪਾ ਦਿੰਦੇ ਆ ਜੀ, ਬਈ ਉਹ ਵੀ ਕੱਟੀਆਂ ਕੁਛ ਉਹਨਾਂ ਨੇ ਬਾਹਰ, ਮੈਂ ਧੰਨਵਾਦ ਕਰਦਾ ਸਾਰੀ ਕਮੇਟੀ ਦਾ ਹੀ, ਬੀਐਫਏ ਦਾ ਬਾਹਰ ਵੀ ਕੀਤੀਆਂ ਉਹਨਾਂ ਨੇ ਜੀ, ਤੇ ਦੂਜੀਆਂ ਬਾਈ ਜੀ ਫਿਰ ਵੀ ਇਹ ਚੌਥੇ ਨੰਬਰ ਤੇ ਰਹੀ ਆ। ਫਿਰ ਤਾਂ ਬਾਈ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ। ਤੇ ਬਾਈ ਅੱਜ ਕੱਲ੍ਹ ਜੇ ਆਪਾਂ ਦੇਖੀਏ ਇਸ ਕੱਟੀ ਦੀ ਖੁਰਾਕ ਹੈ ਨਾ, ਆਮ ਤੌਰ 'ਤੇ ਆਪਣੇ ਭਰਾਵਾਂ ਦਾ ਸਵਾਲ ਹੁੰਦਾ ਕਿ ਚੰਗੀ ਕੱਟੀ ਪਾਲਣ ਦੇ ਲਈ ਕਿਸ ਤਰ੍ਹਾਂ ਦੀ ਖੁਰਾਕ ਜ਼ਰੂਰੀ ਆ ਉਹਨੂੰ, ਹੈ ਨਾ। ਅੱਜ ਜੇ ਆਪਾਂ ਸਭ ਤੋਂ ਪਹਿਲਾਂ ਤਾਂ ਜੇ ਆਪਾਂ ਨਾਮ ਦੇਖੀਏ ਨਾ, ਉਹਦੇ ਵੀ ਤੁਸੀਂ ਵਾਅਦਾ ਕੀਤਾ ਸੀ ਕਿ ਬਾਈ ਜਦੋਂ ਕੰਪੀਟੀਸ਼ਨ ਜਿੱਤੂਗੀ ਤਾਂ ਉਸ ਤੋਂ ਬਾਅਦ ਹੀ ਇਹਦਾ ਨਾਮ ਰੱਖਾਂਗੇ ਨਾ, ਤੇ ਕੀ ਨਾਮ ਫਿਰ ਰੱਖਿਆ ਇਸ ਕੱਟੀ ਦਾ? ਧੰਨੋ ਰੱਖਿਆ ਬਾਈ ਜੀ, ਧੰਨੋ ਰੱਖਿਆ ਮੇਰੇ ਫਾਦਰ ਸਾਹਿਬ ਨੇ ਰੱਖਿਆ ਬਾਈ ਜੀ ਨਾਂ ਦਾ ਧੰਨੋ ਜੀ, ਕਿਉਂਕਿ ਧੰਨੋ ਮੈਂ ਮੱਝ ਇੱਕ ਮਸ਼ਹੂਰ ਆ ਬਾਈ ਜੀ ਆਪਣੇ ਲਕਸ਼ਮੀ ਡੇਰੀ ਵਾਲਿਆਂ ਕੋਲੇ ਆ ਜੀ, ਤੇ ਉਹਦਾ ਨਾਮ ਦਿੱਤਾ ਇਹਨੂੰ ਧੰਨੋ ਬਾਈ ਜੀ, ਕਿਉਂਕਿ ਸਾਨੂੰ ਦੁੱਧ ਦੀ ਵੀ ਇਹ ਤੋਂ ਬਹੁਤ ਜ਼ਿਆਦਾ ਉਮੀਦ ਆ ਜੀ, ਕਿਉਂਕਿ ਇਹਦੀ ਮਾਂ ਵੀ ਬਹੁਤ ਚੰਗੇ ਦੁੱਧ ਤੇ ਚੱਲਦੀ ਆ, ਤੇ ਇਹ ਵੀ ਉਦੋਂ ਸਾਨੂੰ ਜ਼ਿਆਦਾ ਉਮੀਦ ਆ ਇਹ ਤੋਂ ਵੀ ਜ਼ਿਆਦਾ ਕੁਝ ਕਰੂਗੀ ਜੀ। ਹਾਂਜੀ, ਧੰਨੋ ਨੂੰ ਬਾਈ ਅੱਜ ਜੇ ਦੇਖੀ ਆਪਾਂ ਕਿਸ ਤਰ੍ਹਾਂ ਦੀ ਖੁਰਾਕ ਦੇ ਰਹੇ ਹਾਂ ਫਿਰ? ਖੁਰਾਕ ਤਾਂ ਬਾਈ ਜੀ ਹੁਣ ਇਹਨੂੰ ਮੰਨ ਲਓ ਦੁੱਧ ਡੇਲੀ ਪੀਂਦੀ 8 ਕਿਲੋ ਇਹ ਜੀ, 4 ਮਾਰਨਿੰਗ 4 ਈਵਨਿੰਗ ਜੀ, ਤੇ ਉਦੋਂ ਬਾਅਦ ਬਾਈ ਜੀ ਇਹ ਮੰਨ ਲਓ ਬਣੇਵੇਂ ਰਹਿੰਦੇ ਵੇ ਤੇ ਲੇਟੀ ਜੀ, ਤੇ ਨਾਲ ਜਾਣੀ ਜਿਹੜਾ ਆਪਣਾ ਪੀਸਿਆ ਵਾ ਦਾਣਾ ਹੁੰਦਾ ਛੋਲਿਆਂ ਦਾ ਤੇ ਕਣਕ ਦਾ ਉਹ ਖਾਂਦੀ ਜੀ।
ਹੁਣ ਫਿਰ ਬਾਈ ਜਿਵੇਂ ਖੇਤ ਜਾਂਦੇ ਆ ਫਿਰ ਮਗਰ ਹੀ ਜਾਂਦੇ ਆ ਖੁੱਲੇ? ਹਾਂਜੀ ਹਾਂਜੀ ਮਗਰ ਹੀ ਜਾਂਦੀ ਬਾਈ ਇਹ। ਠੀਕ ਆ। ਇਹ ਤਾਂ ਬਾਈ ਜੀ ਘਰੇ ਛੱਡਣਾ ਹੀ ਔਖਾ ਹੋ ਜਾਂਦਾ ਇਹਨੂੰ ਤਾਂ ਮਗਰੋਂ, ਨਹੀਂ ਤਾਂ ਬਸ ਸਾਰਾ ਦਿਨ ਰੌਲਾ ਹੀ ਪਾਉਂਦੀ ਆ ਫਿਰ ਪਿੱਛੋਂ ਵੀ ਕਿੱਧਰ ਗਏ। ਅੱਛਾ। ਮੰਨ ਲਓ ਘਰੇ ਤਾਂ ਚਲੋ ਮਾੜਾ ਮੋਟਾ ਕਦੇ ਕ ਤਾਂ ਹੀ ਤਾਂ ਅਟੈਕ ਜਾਂਦੀ ਹੈ ਜਾਨਵਰਾਂ ਦੂਜਿਆਂ ਨਾਲ ਲੱਗ ਜਾਂਦੀ ਹੈ ਖੇਡਣ ਖੁੱਡਣ, ਤੇ ਨਹੀਂ ਔਖਾ ਹੋ ਜਾਂਦਾ ਬਾਈ ਜੀ ਇਹਦਾ ਫਿਰ। ਜਿਵੇਂ ਬਾਈ ਲੱਖੇ ਆਪਾਂ ਦੇਖ ਰਹੇ ਹਾਂ ਵੀ ਘਰੇ ਖੁੱਲੀ ਰਹਿੰਦੀ ਆ ਨਾ, ਤੁਸੀਂ ਪਿਛਲੇ ਦਿਨ ਜਿਹੜੇ ਧਨੌਲੇ ਮੇਲੇ ਤੇ ਲੈ ਕੇ ਗਏ ਆ ਉੱਥੇ ਫਿਰ ਕਿਸ ਤਰ੍ਹਾਂ ਇਹਨੂੰ ਹੈਂਡਲ ਕੀਤਾ? ਉੱਥੇ ਵੀ ਇਹ ਖੁੱਲਾ ਹੀ ਭਾਲ ਦਿਓਗੇ ਜਿਵੇਂ ਸਟੋਰੀ ਦੇ ਵਿੱਚ ਰਾਤ ਨੂੰ ਜਾ ਕੇ ਇਸ ਤਰ੍ਹਾਂ ਫਿਰ? ਹਾਂਜੀ ਹਾਂਜੀ, ਕਿਉਂਕਿ ਬਾਈ ਅਸੀਂ ਦੋ ਟਰਾਲੇ ਲੈ ਕੇ ਜਾਂਦੇ ਹੁੰਦੇ ਆ ਮੰਨ ਲਓ ਮੇਲੇ ਤੇ, ਜੀ ਬਾਈ ਕੱਲ੍ਹ ਦੇ ਪੈਣ ਵਾਸਤੇ ਗੱਦੇ ਗੁੱਦੇ ਲਾ ਕੇ ਮੰਨ ਲਓ ਉੱਥੇ ਰਹਿਣਾ ਵੀ ਔਖਾ, 5 ਦਿਨ ਲੱਗ ਜਾਂਦੇ ਮੇਲੇ ਤੇ, ਤੇ ਇਹਨਾਂ ਵਾਸਤੇ ਤਾਂ ਫਿਰ ਉੱਥੇ ਸਟੋਰੀ ਮਿਲ ਹੀ ਜਾਂਦੀ ਆ ਜੀ, ਤੇ ਸਟੋਰੀ ਦੇ ਵਿੱਚ ਜ਼ਿਆਦਾ ਟਾਈਮ ਨਹੀਂ ਬਾਈ ਫਿਰ ਮੈਨੂੰ ਐਂ ਟਰਾਲੇ ਦੇ ਵਿੱਚ ਪੈਣ ਦਿੰਦੀ, ਜਾਂ ਤਾਂ ਕਹਿ ਦਿੰਦੀ ਆ ਵੀ ਕੋਲੇ ਹੀ ਬੈਠਣਾ ਪੈਂਦਾ, ਗੱਦਾ ਲਾਉਣਾ ਪੈਂਦਾ ਫਿਰ ਬਾਈ ਕੋਲੇ ਹੀ ਇਹਦੇ, ਤੇ ਜਾਂ ਮੇਰਾ ਜਿਹੜਾ ਮੁੰਡਾ ਇੱਕ ਪਸ਼ੂ ਦੀ ਸੰਭਾਲ ਕਰਦਾ ਉਹ ਹੁੰਦਾ ਨਾਲ, ਇੱਕ ਦੋ ਜਣੇ ਹੁੰਦੇ ਆ ਉਹ ਜੀ, ਤੇ ਉਹਨਾਂ ਕੋਲੇ ਕੁਛ ਟਾਈਮ ਰਹਿ ਪੈਂਦੀ ਆ ਜੀ, ਤੇ ਦਿਨੇ ਤਾਂ ਬਾਈ ਤੁਸੀਂ ਦੇਖਿਆ ਹੀ ਆ ਮੇਲੇ ਤੇ ਫਿਰ ਨਾਲ ਹੀ ਘੁੰਮਦੀ ਰਹਿੰਦੀ ਆ, ਜਿੱਧਰ ਜਾਂਦਾ ਮੈਂ ਉੱਧਰ ਹੀ ਜਾਂਦੀ ਆ, ਤੇ ਪਾਸੇ ਨਹੀਂ ਹੁੰਦੀ ਇਹ ਜੀ, ਰਾਤ ਨੂੰ ਬਸ ਥੋੜਾ ਘਣਾ ਚਿਰ ਉੱਥੇ ਮੇਲੇ 'ਚ ਹੁੰਦਾ ਵੀ ਸੌਣ ਨੂੰ ਕਿਤੇ ਥੋੜਾ ਘਣਾ ਟਾਈਮ ਹੀ ਮਿਲਦਾ, ਨਹੀਂ ਤਾਂ ਫਿਰ ਇੱਕ ਰੁਕਦੀ ਨਹੀਂ ਸਟੋਰੀ 'ਚ ਮਗਰੋਂ ਕਹਿੰਦੀ ਵੀ ਕਿੱਧਰ ਗਿਆ ਜੀ। ਇੱਕ ਤਾਂ ਬਾਈ ਦੇਖੀਏ ਆਪਾਂ ਕੱਟੀ ਨਾਲ ਪਿਆਰ, ਤੇ ਦੂਜਾ ਲੋਕਾਂ ਦਾ ਜਿਹੜਾ ਪਿਆਰ ਮੇਲੇ ਤੇ ਮਿਲਿਆ ਨਾ, ਇਸ ਨੂੰ ਲੈ ਕੇ ਕੀ ਲੱਗਦਾ ਵੀ ਜਾਨਵਰਾਂ ਦੇ ਪ੍ਰਤੀ ਹੋਰ ਪਿਆਰ ਵਧਿਆ ਫਿਰ? ਹਾਂਜੀ ਹਾਂਜੀ ਬਾਈ ਜੀ, ਜਾਨਵਰਾਂ ਪ੍ਰਤੀ ਤਾਂ ਪਿਆਰ ਆਪਾਂ ਸਾਰਿਆਂ ਨੂੰ ਹੋਣਾ ਚਾਹੀਦਾ ਜੀ, ਪਿਆਰ ਤਾਂ ਵਧਿਆ ਹੀ ਆ ਬਾਈ ਜੀ, ਇੰਨਾ ਇੱਜ਼ਤ ਮਾਣ ਮਿਲੀ ਆਪਾਂ ਨੂੰ ਇਹਦੇ ਕਰਕੇ ਜੀ, ਲੋਕੀ ਜਾਨਣ ਲੱਗੇ ਆ ਹੈ ਨਾ ਜੀ ਆਪਾਂ ਕੌਣ ਸੀਗੇ ਜੀ, ਤੇ ਇਹ ਵਿਚਾਰੀ ਕਰਮ ਵਾਲੀ ਦੇ ਕਰਕੇ ਸਾਰੇ ਤੁਸੀਂ ਵੀਰੇ ਜਾਨਣ ਲੱਗੇ ਕਿੰਨੇ ਭਰਾਵਾਂ ਨਾਲ ਪਿਆਰ ਹੋਇਆ ਜੀ, ਤੇ ਮੈਂ ਤਾਂ ਕਹਿੰਦਾ ਵੀ ਹਰੇਕ ਦਾ ਹੀ ਪਿਆਰ ਆਈ ਹੋਣਾ ਚਾਹੀਦਾ ਜਾਨਵਰਾਂ ਪ੍ਰਤੀ। ਨੌਜਵਾਨ ਭਰਾਵਾਂ ਨੂੰ ਬਾਈ ਜਿਵੇਂ ਅੱਜ ਦੇਖੀਏ ਜਿਹੜੀ ਬਾਹਰ ਦੀ ਦੌੜ ਬੜੀ ਤੇਜ਼ੀ ਨਾਲ ਚੱਲ ਰਹੀ ਹੈ ਨਾ, ਨੌਜਵਾਨ ਭਰਾਵਾਂ ਨੂੰ ਬਾਈ ਪਸ਼ੂਆਂ ਬਾਰੇ ਕੋਈ ਮੈਸੇਜ ਦੇਣਾ ਚਾਹੋਗੇ ਬਾਈ ਲੱਖੇ? ਹਾਂਜੀ ਬਾਈ ਜੀ, ਮੈਸੇਜ ਤਾਂ ਇਹੀ ਹੈ ਵੀਰੇ ਵੀ ਆਪਦੀ ਮਿੱਟੀ ਨਾਲ ਸਭ ਤੋਂ ਪਹਿਲਾਂ ਤਾਂ ਜੁੜ ਕੇ ਰਹਿਣਾ ਚਾਹੀਦਾ ਆਪਾਂ ਨੂੰ ਜੀ, ਤੇ ਦੂਜਾ ਬਾਈ ਜੀ ਵੀ ਧੰਦਾ ਕੋਈ ਵੀ ਮਾੜਾ ਨਹੀਂ ਹੁੰਦਾ ਜੀ, ਜੇ ਬੰਦਾ ਲਗਨ ਨਾਲ ਮਿਹਨਤ ਨਾ ਕਰੇ, ਤੇ ਜੇ ਆਪਾਂ ਮੰਨ ਲਓ ਕਹਿ ਦਈਏ ਵੀਰੇ ਵੀ ਆਪਾਂ ਜਾਨਵਰ ਹਰੇਕ ਹੀ ਲੈ ਲੈਂਦਾ ਤੇ ਪਾਲਣਾ ਸਭ ਤੋਂ ਔਖਾ, ਜੇ ਆਪ ਮਿਹਨਤ ਕਰੋਗੇ ਤਾਂ ਬਾਈ ਜੀ ਸਾਰੀਆਂ ਹੀ ਤਰੱਕੀਆਂ ਮਿਲ ਜਾਂਦੀਆਂ, ਤੇ ਨਹੀਂ ਤਾਂ ਕੁਛ ਨਹੀਂ ਮਿਲਦਾ ਜੀ। ਜੇ ਆਪਾਂ ਹੁਣ ਮੰਨ ਲਓ ਕੋਈ ਵੀ ਕੰਮ ਆ ਐਨੀਮਲ ਦਾ ਕੰਮ ਰੱਖ ਲਓ ਆਪਾਂ ਬਗਾਨੇ ਬੰਦੇ 'ਤੇ ਛੱਡ ਦਈਏ ਤਾਂ ਨਹੀਂ ਪੂਰਾ ਪੈਂਦਾ, ਆਪ ਨੂੰ ਬੰਦੇ ਨੂੰ ਮਿਹਨਤ ਕਰਨੀ ਚਾਹੀਦੀ ਆ, ਆਪ ਮਿਹਨਤ ਕਰਾਂਗੇ ਤਾਂ ਬਾਈ ਜੀ ਕੁਛ ਵੀ ਆਪਾਂ ਨੂੰ ਮਿਲ ਜਾਂਦਾ ਜੀ। ਕਿੰਨਾ ਟਾਈਮ ਹੋ ਗਿਆ ਬਾਈ ਬਰੀਡ 'ਤੇ ਕੰਮ ਕਰਦੇ ਨੂੰ? ਮੈਨੂੰ ਵੀਰੇ 7 ਸਾਲ ਦੇ ਕਰੀਬ ਹੋ ਗਏ। 7 ਸਾਲ? ਹਾਂਜੀ। ਅਤੇ ਬਹੁਤ ਧੰਨਵਾਦ ਆਪਣਾ ਕੀਮਤੀ ਸਮਾਂ ਸਾਨੂੰ ਦੇਣ ਲਈ। ਸੋ ਦੋਸਤੋ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਬਾਈ ਦੀ ਜਿਹੜੀ ਇਹ ਧੰਨੋ ਕੱਟੀ ਆ, ਬਾਈ ਦਾ ਜਿਹੜਾ ਬੜਾ ਮੋਹ ਪ੍ਰੇਮ ਆ ਕੱਟੀ ਦੇ ਨਾਲ ਹੈ ਨਾ, ਕਿਸ ਤਰ੍ਹਾਂ ਦੀ ਲੱਗੀ? ਸੋ ਸਾਰੇ ਆਪਣੇ ਭਰਾਵਾਂ ਵਾਲੀਆਂ ਨੂੰ ਆਪਣੇ ਵੱਲੋਂ ਵੀ ਬੇਨਤੀ ਹੈ ਕਿ ਬਾਈ ਜਾਨਵਰਾਂ ਨਾਲ ਜਿਹੜਾ ਵੱਧ ਤੋਂ ਵੱਧ ਪਿਆਰ ਕਰੋ ਨਾ, ਜੇ ਆਪਾਂ ਜਾਨਵਰ ਨਾਲ ਪਿਆਰ ਕਰਦੇ ਹਾਂ ਤਾਂ ਉਹ ਆਪਾਂ ਨੂੰ ਦੁੱਗਣਾ ਕਰਕੇ ਮੋੜਦੇ ਆ। ਸੋ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਓ, ਅਤੇ ਬਾਈ ਲੱਖੇ ਬਹੁਤ ਬਹੁਤ ਧੰਨਵਾਦ ਤੁਹਾਡਾ। ਤੁਹਾਡਾ ਬਾਈ ਜੀ ਬਹੁਤ ਬਹੁਤ